ਵਾਸਤੇ ਆ। ਜਦੋਂ ਕਾਹਦੇ ਵਾਸਤੇ ਦਾ ਸਵਾਲ ਆਉਂਦਾ ਉਦੋਂ ਸਭ ਕੁਝ ਬੰਦ ਹੋ ਜਾਂਦਾ। ਪਰ ਇਤਿਹਾਸ ਵਿੱਚ ਬਹੁਤ ਘੱਟ ਸ਼ਖਸੀਅਤਾਂ ਇਹਦਾ ਦੀਆਂ ਮਿਲਦੀਆਂ ਜਿਨ੍ਹਾਂ ਦੇ ਬਾਰੇ ਜੇ ਤੁਸੀਂ ਜਾਣਨਾ ਚਾਹੋ ਉਹਨਾਂ ਦੇ ਸਵਾਲਾਂ ਦੇ ਖੁਦ ਜਵਾਬ ਦੇ ਚੁੱਕੇ। ਭਗਤ ਸਿੰਘ ਹੋਰਿਆਂ ਨੇ ਆਪਣੀ ਆਈਡੀਓਲੋਜੀ ਨੂੰ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਹੁਤ ਘੱਟ ਸਮੇਂ 'ਚ ਬੜੀ ਤੇਜ਼ੀ ਨਾਲ ਵਿਕਾਸ ਕੀਤਾ। ਉਹਨਾਂ ਨੇ ਨੈਸ਼ਨਲਿਸਟ ਵੀ ਨਜ਼ਰ ਆਉਂਦਾ ਹੋ ਜੋ ਅੱਜ ਆਪਣੇ ਦੇਸ਼ ਦੇ ਵਿੱਚ ਗੱਲ ਕੀਤੀ ਜਾਂਦੀ ਹੈ, ਭਾਰਤ ਵਿੱਚ ਹੋ ਰਿਹਾ ਰਾਸ਼ਟਰਵਾਦ ਦੀ ਗੱਲ ਹੋ ਰਹੀ ਹੈ। ਉਹਨਾਂ ਦੇ 1926-27 ਦੇ ਨੇੜੇ ਤੇੜੇ ਦੇ ਜੇ ਲੇਖ ਪੜ੍ਹੀਏ, ਉਹ ਅੱਜ ਮੈਂ ਦੇਖ ਇੱਕ ਦੇਖ ਰਿਹਾ ਸੀਗਾ ਪੰਜਾਬੀ ਭਾਸ਼ਾ ਦੇ ਬਾਰੇ ਤੇ ਸਾਹਿਤ ਬਾਰੇ ਉਹਨਾਂ ਨੇ ਲਿਖਿਆ, ਉੱਥੇ ਸਾਂਝੀ ਭਾਸ਼ਾ ਦੀ ਵੀ ਗੱਲ ਕਰਦੇ ਹੋ, ਮੰਨਦੇ ਆ ਵੀ ਹਿੰਦੀ ਦੇ ਨਾਲ ਅਸੀਂ ਹਿੰਦੁਸਤਾਨ ਨੂੰ ਜੋੜ ਸਕਦੇ ਹਾਂ। ਰਾਸ਼ਟਰਵਾਦ ਦੇ ਕੁਝ ਇੱਕ ਸੰਕਲਪ ਆ ਜਿਹੜੇ ਉਹ ਅੱਜ ਦੇ ਰਾਸ਼ਟਰਵਾਦ ਦੇ ਬਾਰੇ ਜੋ ਬਹਿਸ ਹੋ ਰਹੀ ਹੈ ਉਹਦੇ ਨਾਲ ਵੀ ਮਿਲਦੇ ਨਜ਼ਰ ਆਉਂਦੇ ਆ। ਪਰ ਬੜੀ ਤੇਜ਼ੀ ਨਾਲ ਭਗਤ ਸਿੰਘ ਨੇ ਵਿਕਾਸ ਕੀਤਾ ਤੇ ਅੰਤਰਰਾਸ਼ਟਰੀ ਮੰਚ ਤੇ ਪਹੁੰਚ ਗਏ। ਉਹਨਾਂ ਦੀ ਫਿਲਾਸਫੀ ਬਿਲਕੁਲ ਹਿੰਦੁਸਤਾਨ ਦੀਆਂ ਹੱਦਾਂ ਦੇ ਵਿੱਚ ਨਹੀਂ ਰਹੀ, ਉਹ ਇੰਟਰਨੈਸ਼ਨਲ ਲੈਵਲ ਤੇ ਆਉਂਦੀ ਆ, ਇਹ ਚੀਜ਼ ਦੇਖਣ ਵਾਲੀ ਆ। ਹੁਣ ਉਹ ਆਉਂਦੀ ਕਿਵੇਂ ਆ, ਉਹ ਨਜ਼ਰੀਆ ਕਿੱਥੋਂ ਲੈਂਦੇ ਨੇ? ਨਿਰੰਤਰ ਅਧਿਐਨ ਦੇ ਵਿੱਚੋਂ। ਜਦੋਂ ਕਿ ਭਗਤ ਸਿੰਘ ਦਾ ਨਾਮ ਲੇਵਾ ਜਿਹੜੀ ਵੀ ਕਲਾਸ ਆਉਂਦੀ ਆ ਉਹ ਬਿਨਾਂ ਪੜ੍ਹੇ ਹੀ ਸਤਿਕਾਰ ਦੇਣ ਲੱਗ ਜਾਂਦੇ ਆ। ਮੇਰੇ ਦੋਸਤ ਦੇ ਪਿੱਛੇ ਜੇ ਉਹਨਾਂ ਨੇ ਮੈਨੂੰ ਦੋ ਵਾਰ ਕਿਹਾ ਵੀ ਰਮਨ ਕੁਛ ਤੂੰ ਹੁਣ ਬਾਹਰ ਹੁੰਦਾ ਮਾੜਾ ਮੋਟਾ ਚੰਦਾ ਸਾਨੂੰ ਵੀ ਨਹੀਂ, ਅਸੀਂ ਰੈਲੀ ਕਰਨੀ ਹੈ। ਮੈਂ ਕਿਹਾ ਜੀ ਕਾਹਦੇ ਦੀ ਕਰਨੀ ਹੈ? ਭਗਤ ਸਿੰਘ ਦੇ ਪਿੰਡ ਜਾਵਾਂਗੇ। ਮੈਂ ਕਿਹਾ ਯਾਰ ਇਹ ਦੂਜਾ ਤੀਜਾ ਮੱਕਾ ਬਣਾਉਣਾ ਹੁਣ ਆਪਾਂ ਨੇ, ਹੁਸੈਨੀ ਵਾਲਾ ਜਾਣਾ। ਮੈਂ ਕਿਹਾ ਭਗਤ ਸਿੰਘ ਹੁਸੈਨੀ ਵਾਲਾ ਵੀ ਨਹੀਂ ਪਿਆ ਤੇ ਉਹ ਖਟਕੜ ਕਲਾਂ ਦੇ ਵਿੱਚ ਵੀ ਨਹੀਂ ਪਿਆ, ਉੱਥੇ ਕੁਝ ਇੱਕ ਉਹਨਾਂ ਦੇ ਨਾਲ ਜੁੜੀਆਂ ਵਸਤਾਂ ਪਈਆਂ ਨੇ, ਪਰ ਉਹ ਤਾਂ ਦਿਮਾਗ 'ਚ ਪਾਉਣ ਵਾਲੀ ਚੀਜ਼ ਹੈ। ਜੇ ਉੱਥੇ ਨਹੀਂ ਪਾਇਆ ਫਿਰ ਬਾਕੀ ਹੋਰ ਕਿਤੇ ਪਾਏ ਦਾ ਕੋਈ ਫਾਇਦਾ ਨਹੀਂ ਹੋਣਾ। ਸਾਡੇ ਕੋਲ ਵੀ ਸਮਰੱਥ ਬਹੁਤ ਨੇ, ਗੱਲ ਸਿਰਫ ਇਹ ਆ ਵੀ ਵਿਸ਼ਲੇਸ਼ਣ ਕਰਨ ਦੀ। ਹੁਣ ਭਗਤ ਸਿੰਘ ਕਿਵੇਂ ਬਣਦਾ, ਮੈਂ ਸਿਰਫ ਰਾਜਗੁਰੂ ਔਰ ਸੁਖਦੇਵ ਦੀ ਗੱਲ ਨਹੀਂ ਕਰ ਰਿਹਾ। ਕਾਰਨ ਇਹ ਹੈ ਵੀ ਸਿਰਫ ਤੇ ਸਿਰਫ ਸ਼ਹੀਦੀ ਦੇ ਉੱਤੇ ਅਸੀਂ ਟਿੱਕੇ ਨਹੀਂ ਹੋਏ, ਆਪਣੀ ਜਾਨ ਵਾਰ ਦੇਣ ਦੀ ਜੇ ਗੱਲ ਕਰੀਏ ਭਾਰਤ ਦਾ ਇਤਿਹਾਸ ਭਰਿਆ ਗਿਆ। ਅਸੀਂ ਗੱਲ ਕਰ ਰਹੇ ਇੱਕ ਵਿਅਕਤੀਤਵ ਦੀ, ਇਹ ਵਿਅਕਤੀਤਵ ਕਿਵੇਂ ਬਣਿਆ, ਇਹ ਕਿਵੇਂ ਉਸਰ ਕੇ ਮੂਹਰੇ ਆਇਆ, ਇਹਦੀ ਉਸਾਰੀ ਹੁੰਦੀ ਕਿਵੇਂ ਆ, ਉਹ ਨਿਰੰਤਰ ਅਧਿਐਨ ਦੇ ਵਿੱਚ ਸੀਗੀ, ਪਹਿਲੀ ਗੱਲ ਆਉਂਦੀ ਹੈ। ਫਿਰ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਹਿਸਟੋਰੀਕਲ ਮਟੀਰੀਅਲਿਜ਼ਮ ਦਾ ਅਧਿਐਨ ਕੀਤਾ ਵੀ ਆਖਿਰ ਹਿੰਦੁਸਤਾਨ ਕਿਹੜੇ ਕਿਹੜੇ ਪੜਾਅ ਦੇ ਵਿੱਚੋਂ ਨਿਕਲਦਾ ਇੱਥੇ ਪਹੁੰਚਦਾ ਹੈ। ਫਿਰ ਉਹਦੇ ਨਾਲ ਦੀਆਂ ਜਿਹੜੀਆਂ ਤਬਦੀਲੀਆਂ ਨੇ ਉਹਨਾਂ ਦੇ ਵਿੱਚ ਕਿਹੋ ਜਿਹੇ ਵਿਚਾਰਧਾਰਕ ਦੌਰ ਸੀ ਔਰ ਉਹਨਾਂ ਦਾ ਆਪਸ ਵਿੱਚ ਕੀ ਟਕਰਾਅ ਸੀ। ਉਮਰ ਆਪਾਂ ਦੇਖਦੇ ਹਾਂ 23 ਸਾਲ ਦੇ ਹਿਸਾਬ ਨਾਲ ਉਮਰ ਬਹੁਤ ਛੋਟੀ ਲੱਗਦੀ ਹੈ, ਪਰ ਐਕਚੁਅਲੀ ਜੇ ਦੇਖਿਆ ਜਾਵੇ ਤਾਂ ਪੜ੍ਹਾਈ ਦਾ ਸਮਾਂ ਹੀ ਉਹ ਹੁੰਦਾ। ਜਿੰਨੀ ਤੇਜ਼ੀ ਨਾਲ ਤੁਸੀਂ ਇਹ ਚੀਜ਼ਾਂ ਉਸ ਉਮਰ ਦੇ ਵਿੱਚ ਸਮਝ ਸਕਦੇ ਹੋ, ਬਾਅਦ ਵਿੱਚ ਕਿਤੇ ਪੱਲੇ ਨਹੀਂ ਪੈਂਦੇ, ਕਿਤਾਬਾਂ ਪੜ੍ਹਨ ਦੀ ਸਮਰੱਥਾ ਤੁਹਾਡੀ ਘਟਣ ਲੱਗ ਜਾਂਦੀ ਹੈ। ਸੋ ਭਗਤ ਸਿੰਘ ਹੋਰਾਂ ਦਾ ਜੇ ਸਮਾਂ ਦੇਖਿਆ ਜਾਵੇ, ਜੇ 26-27 ਦੇ ਵਿੱਚ ਨੈਸ਼ਨਲਿਸਟ ਹੈ ਤੇ ਦੇਖੋ ਤੁਸੀਂ ਆਉਣ ਵਾਲੇ 3 ਸਾਲਾਂ ਦੇ ਵਿੱਚ ਇੰਟਰਨੈਸ਼ਨਲ ਕਮਿਊਨਿਜ਼ਮ ਨੂੰ ਸਮਝਦੇ ਆ, ਆਈਡੀਓਲੋਜੀ ਨੂੰ ਸਮਝਦੇ ਆ ਤੇ ਫਿਰ ਉਹਦੇ ਵੱਖ ਵੱਖ ਪੜਾਵਾਂ ਤੇ ਗੱਲ ਵੀ ਕਰਦੇ ਆ। ਮੇਨ ਉਹਨਾਂ ਨੇ ਜਦੋਂ ਆਪਣੀ ਜ਼ਿੰਦਗੀ ਦਾ ਮੁਤਾਲਿਆ ਕੀਤਾ, ਜਿਹੜੇ ਆਖਰੀ ਦਿਨਾਂ ਦੇ ਵਿੱਚ ਉਹ ਲਗਾਤਾਰ ਲੇਖ ਲਿਖਦੇ ਆ, ਚਿੱਠੀਆਂ ਲਿਖਦੇ ਆ, ਉਹਨਾਂ ਦੀ ਰਫ਼ਤਾਰ ਬਹੁਤ ਤੇਜ਼ ਹੋ ਜਾਂਦੀ ਆ। ਉਦੋਂ 2 ਫਰਵਰੀ ਨੂੰ ਲਿਖਿਆ ਚਿੱਠੀ ਹੋਰ ਹੈ, 3 ਨੂੰ ਹੋਰ ਹੈ, ਇਨਕਲਾਬ ਦਾ ਪ੍ਰੋਗਰਾਮ ਦੇ ਰਹੇ ਆ, ਇਨਕਲਾਬੀ ਪਾਰਟੀ ਦਾ ਪ੍ਰੋਗਰਾਮ ਦੇ ਰਹੇ ਆ, ਆਉਣ ਵਾਲੇ ਨੌਜਵਾਨਾਂ ਨੇ ਕੀ ਕੰਮ ਕਰਨਾ, ਕਿਵੇਂ ਕੀਤਾ ਜਾ ਸਕਦਾ ਉਹਦਾ ਪ੍ਰੋਗਰਾਮ ਦਿੱਤਾ, ਪਲੱਸ ਕਾਂਗਰਸ ਦਾ ਉਹਨਾਂ ਨੇ ਨਾਲ ਦੇ ਨਾਲ ਐਨਾਲਿਸਿਸ ਦਿੱਤਾ। ਇਸੇ ਸਮੇਂ ਦੌਰਾਨ ਹੀ ਉਹਨਾਂ ਨੇ ਇਹ ਵੀ ਦੱਸਿਆ ਵੀ ਹਿੰਦੁਸਤਾਨ ਦੀ ਜਿਹੜੀ ਆਜ਼ਾਦੀ ਉਹ ਬਿਲਕੁਲ ਸਮਝੌਤੇ ਦੇ ਵਿੱਚ ਜਾ ਕੇ ਨਿਕਲੂਗੀ। ਉਹਦੇ ਕਾਰਨ ਵੀ ਸੀ ਕਿਉਂਕਿ ਜਿਹੋ ਜਿਹਾ ਬੈਕਅਪ ਲੋਕਾਂ ਦਾ ਸੀ, ਜਿਵੇਂ ਲੋਕ ਡਿਵਾਈਡ ਹੋ ਰਹੇ ਸੀ ਔਰ ਜਿਹੋ ਜਿਹੀ ਲੀਡਰਸ਼ਿਪ ਜਿਵੇਂ ਦੀ ਗੱਲਾਂ ਕਰ ਰਹੀ ਸੀ, ਉਹਨੇ ਵੀ ਕਿਹਾ ਵੀ ਮੈਂ ਵੀ ਸਮਝੌਤੇ ਲਈ ਰਾਜ਼ੀ ਹਾਂ। ਪਰ ਫਰਕ ਦੱਸਿਆ ਵੀ ਕਾਂਗਰਸ ਹੈ ਜਿਹੜੀ ਕਹਿੰਦੇ 1 ਰੁਪਈਏ 'ਚ 16 ਆਨੇ ਆ, ਅਸੀਂ 16 ਆਨਿਆਂ ਦੀ ਲੜਾਈ ਲੜ ਰਹੇ ਹਾਂ, ਪਰ ਜੇ 1 ਆਨਾ ਮਿਲਦਾ 1 ਆਨਾ ਲੈ ਕੇ ਤਾਂ ਜੇਬ 'ਚ ਪਾ ਲਓ, ਪਰ ਅਗਲੇ 15 ਦੀ ਲੜਾਈ ਜਾਰੀ ਰੱਖੋ। ਕਾਂਗਰਸ ਕਹਿੰਦੇ ਖੜੀ 1 ਆਨੇ ਦੇ ਉੱਤੇ ਪਈ ਹੈ, ਸਾਡੀ ਲੜਾਈ ਬਿਲਕੁਲ ਗੋਰੇ ਤੇ ਬਰਾਊਨ ਦੀ ਲੜਾਈ ਨਹੀਂ ਹੈ ਵੀ ਅਸੀਂ ਹਾਕਮ ਦੇ ਨਾਲ ਹਾਕਮ ਬਦਲਣਾ, ਸਾਡੀ ਲੜਾਈ ਸੱਤਾ ਦੇ ਨਿਜ਼ਾਮ ਬਦਲਣ ਦੀ ਆ। ਉਹ ਪੂਰਾ ਜੋ ਚੀਜ਼ ਹੈ ਉਹ ਸਾਰੇ ਕੰਟੈਕਸਟ ਦੇ ਉੱਪਰ ਉਹਨਾਂ ਨੂੰ ਲਗਾਤਾਰ ਫਿਕਰ ਸੀ, ਇਹਦਾ ਮਤਲਬ ਵੀ ਉਹਨਾਂ ਦੇ ਵਿਚਾਰਾਂ ਨਾਲ ਕਿਤੇ ਨਾ ਕਿਤੇ ਬਾਅਦ ਵਿੱਚ ਕਿਉਂਕਿ ਪ੍ਰਸਿੱਧ ਬਹੁਤ ਹੋ ਗਏ ਸੀ, ਕਿਤੇ ਨਾ ਕਿਤੇ ਛੇੜਖਾਨੀ ਹੋ ਗਈ। ਲਗਾਤਾਰ ਕਾਂਗਰਸ ਦਾ ਕੀ ਹੋਊਗਾ, ਉਸ ਤੋਂ ਬਾਅਦ ਹਿੰਦੁਸਤਾਨ ਦੀ ਆਜ਼ਾਦੀ ਕਿਸ ਰੂਪ ਦੇ ਵਿੱਚ ਆਊਗੀ, ਮੈਂ ਨਾਸਤਿਕ ਕਿਉਂ ਹਾਂ, ਇਹ ਦੇਖਣਾ ਕਿਉਂ ਜ਼ਰੂਰੀ ਹੋਇਆ। ਸਭ ਤੋਂ ਅਹਿਮ ਲੇਖ ਹੈ ਜਿਹੜਾ ਭਗਤ ਸਿੰਘ ਨੂੰ ਪੂਰੀ ਤਰ੍ਹਾਂ ਜੇ ਹੋਲਿਸਟਿਕ ਡਿਫਾਈਨ ਕਰਦਾ, ਜੇ ਕਿਤੇ ਦੇਖਿਆ ਜਾਵੇ ਤਾਂ ਮੈਂ ਨਾਸਤਿਕ ਕਿਉਂ ਹਾਂ। ਔਰ ਉਹ ਤੋਂ ਪਹਿਲਾਂ ਜਦੋਂ ਭਾਈ ਰਣਧੀਰ ਸਿੰਘ ਜੀ ਹੋਰਾਂ ਨਾਲ ਮੁਲਾਕਾਤ ਦਾ ਦੌਰ ਚੱਲਦਾ ਤੇ ਉਹ ਕਹਿੰਦੇ ਵੀ ਇਹਨੇ ਵਾਲ ਕਟਾ ਲਏ, ਮੈਂ ਇਸ ਲੜਕੇ ਦੇ ਨਾਲ ਗੱਲਬਾਤ ਨਹੀਂ ਕਰੂੰਗਾ, ਤੇ ਵਿੱਚ ਕੁਝ ਇੱਕ ਗਦਰੀ ਬਾਬਿਆਂ ਨੇ ਫਿਰ ਇੰਟਰਵੀਨ ਕੀਤਾ ਤੇ ਉਹ ਮੀਟਿੰਗ ਤੈਅ ਕਰਵਾਈ। ਤੇ ਉਸ ਤੋਂ ਪਹਿਲਾਂ ਭਗਤ ਸਿੰਘ ਹੋਰਾਂ ਨੇ ਭਾਈ ਰਣਧੀਰ ਸਿੰਘ ਨੂੰ ਚਿੱਠੀ ਲਿਖੀ ਜਿਹਦੇ ਵਿੱਚ ਉਹਨਾਂ ਨੇ ਬਹੁਤ ਹੀ ਕਾਇਲ ਕੀਤਾ, ਜਿਹੜੀ ਗੱਲ ਤੁਸੀਂ ਮਾਸਟਰ ਜੀ ਨੇ ਪਹਿਲਾਂ ਵੀ ਕਹੀ, ਅਧਿਐਨ ਦੀ ਸਾਨੂੰ ਜ਼ਰੂਰਤ ਕਿਉਂ ਹੈ, ਬਾਦਲੀਲ ਤੁਸੀਂ ਗੱਲ ਕਰਨ ਦੇ ਕਾਬਲ ਹੁੰਦੇ ਹੋ। ਹੁਣ ਭਗਤ ਸਿੰਘ ਦਾ ਅਧਿਐਨ ਕਿੱਥੇ ਖੜਾ ਹੈ?
रणदीप सिंह होर नूं चिट्ठी लिखनी है, उन्होंने सिखी के आधार से गलबात करने ना की सिखी के उपर देखो कटाक्ष करद हो रणदीप सिंह किमें घेरा पाँदे। दो सेंटेंस ने सिर्फ वो अहमियत रखने वाले, कहते सिखी के बंद बंद कटाने की है रवायत है, मैं तो हजे एक ही कटाया, मैं तो हजे एक बंद ही कटाया है, तो तुम मैनू खारिज करते हो कि रख लो गे। ये तो बंद बंद कटाने की रवायत है, अपने हितों नहीं समूह हितों नहीं, तो जे मैं वाल कटाए नहीं तो फिर मेरे तो एक बंद कटिया, वह भाईमती होर जा रलते हैं, यह है दलील। पर आई कितों जे फलसफे नहीं जानते, जे असी आपके आप नहीं समझते, जिस हिसाब न इन्हों का जो अध्ययन करने की गल आती रही है, हूँ भी मैं यही देखता रहा साढ़े लैफ्टिस्टा के प्रॉब्लम रही है। मैं लास्ट मेरा हूँ यही पोर्शन के जरूरी सी, क्योंकि उन्होंने इनकलाबिया तौर पर और बिल्कुल क्लीयर कट गया भी वह मार्क्सिस्ट ने, भगत सिंह बिल्कुल किसी होर फ्रेम तो देखा ना ही समझा जा सकता, क्लीयर कट मार्क्सिस्ट आइडियोलॉजी के पेंदे ने, किसी तरह ढालना मुश्किल है, किसी को वरतना मुश्किल है। हुण आ जाते हैं उन्होंने पड़ा अध्ययन, उन्होंने पड़ा आ समाजिक हालतों समझना भगत सिंह है जिहड़ा मौके की नब्ज़ को पछाणदा होवे। जे मौके की नब्ज़ फिलोसफी के उत्ते खड़ी है तो फिलोसफी की गल करो, जो मौके की नब्ज़ किसी पासे नूं लहर के रूप च जा रही है, जनतक घोलों की अहमियत बार बार उन्होंने गल की, कितने ना कितने जाके अखीर के बहुत मुश्किल नाल इस गल के उत्ते आके मनते हैं भी हथियार की भी जरूरत है, तो जो लोड़ पई फिर वरत्या जाना चाहिए। हुण साढ़े जो मैं अपने 1965 तो बाद भारत का इतिहास से नज़र मारी दी है, वह अलग अलग बिंदु के उत्तों भगत सिंह चक्या, किसी ने हथियार वाले एंगल तो भगत सिंह पछाण लिया, किसी ने कला विचार वाले पछाण लिया, किसी ने मिल जुल के थोड़ा थोड़ा पछाण लिया, पर सारे ने आपस मिल के यही जी निंदा चुगली की एक दूजे का, जो असी हाल किया साढ़े नाम भगत सिंह की विचारधारा काम आ सकी है। हूँ तक सारे अणजाण रहे हैं एडे